ਕੀ ਤੁਸੀਂ ਕੋਈ ਐਦਾਂ ਦੀ ਪੰਜਾਬੀ ਫਿਲਮ ਦੇਖੀ ਹੈ ਜਿਹੜੀ ਤੁਹਾਨੂੰ ਹਸਾਏ ਰਵਾਏ ਫਿਰ ਹਸਾਏ ਫਿਰ ਰਵਾਏ ਫਿਰ ਹਸਾਏ ਫਿਰ ਰਵਾਏ ਤੇ ਫਿਰ ਅੰਦਰ ਤੱਕ ਤੋੜ ਕੇ ਰੱਖ ਦੇ ਆਈ 99% ਸ਼ੋਰ ਕਿ ਤੁਸੀਂ ਐਦਾਂ ਦੀ ਕੋਈ ਫਿਲਮ ਨਹੀਂ ਵੇਖੀ ਹੋਣੀ ਕਿਉਂਕਿ ਐਦਾਂ ਦੀ ਫਿਲਮ ਬਣੀ ਹੀ ਨਹੀਂ ਪਰ ਬੂਹੇ ਬਾਰੀਆਂ ਨੇ ਕਰ ਦਿੱਤਾ ਹੁਣ ਉਹੀ ਕੰਮ ਪੰਜਾਬੀ ਫਿਲਮ ਇੰਡਸਟਰੀ ਫਾਰਮੂਲਾ ਫਿਲਮਸ ਬਣਾਉਂਦੀ ਐਨੀ ਆਦੀ ਹੋ ਗਈ ਹੈ ਵੀ ਇੱਥੇ ਇੱਕ ਫਿਲਮ ਚੱਲ ਜਾਏ ਉਦਾਂ ਦੀਆਂ 10 ਹੋਰ ਬਣ ਜਾਂਦੀਆਂ ਨੇ ਐਕਸਪੈਰੀਮੈਂਟ ਕਰਨ ਨੂੰ ਤਾਂ ਕੋਈ ਤਿਆਰ ਹੀ ਨਹੀਂ ਪਰ ਹੁਣ ਰਾਈਟਰ ਜਗਦੀਪ ਵੜਿੰਗ ਤੇ ਡਾਇਰੈਕਟਰ ਉਦੇ ਪ੍ਰਤਾਪ ਸਿੰਘ ਨੇ ਬਗਾਵਤ ਕਰਤੀ ਹੈ ਅਸੀਂ ਕਰ ਸਕਦੇ ਹਾਂ ਕੁਝ ਵੱਖਰਾ ਤੇ ਕਰਕੇ ਦਿਖਾਵਾਂਗੇ ਜਗਦੀਪ ਵੜਿੰਗ ਦੀ ਰਾਈਟਿੰਗ ਬਹੁਤ ਹੀ ਲੀਕ ਤੋਂ ਹਟ ਕੇ ਇਨੋਵੇਟਿਵ ਤੇ ਫਰੈਸ਼ ਆਊਟ ਆਫ oven ਲੱਗਦੀ ਹੈ ਪੂਰੋ ਯਾਨੀ ਕਿ ਨਿਰਮਲ ਰਿਸ਼ੀ ਨੇ ਪਿੰਡ ਤੋਂ ਇੱਕ ਪਾਸੇ ਆਪਣਾ ਚੰਬਾ ਬਣਾ ਰੱਖਿਆ ਹੈ ਜਿਹੜੀਆਂ ਵੀ ਔਰਤਾਂ ਦੇ ਘਰ ਵਾਲੇ ਉਹਨਾਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਕੈਦੀ ਬਣਾ ਕੇ ਰੱਖਣਾ ਚਾਹੁੰਦੇ ਨੇ ਉਹ ਆਜ਼ਾਦੀ ਦੀ ਚਾਹ ਵਿੱਚ ਪੂਰੋ ਦੇ ਇਸ ਚੰਬੇ ਤੇ ਆ ਜਾਂਦੀਆਂ ਨੇ ਇੱਥੇ ਔਰਤਾਂ ਛਾਤੀ ਠੋਕ ਕੇ ਆਪਣਾ ਕਮਾਂਦੀਆਂ ਨੇ ਤੇ ਆਪਣਾ ਹੀ ਖਾਂਦੀਆਂ ਨੇ ਫਿਲਮ ਦੇ ਵਿੱਚ ਇੱਕ ਸੀਨ ਹੈ ਜਿੱਥੇ ਇੱਕ ਕਿਰਦਾਰ ਪੂਰੋ ਨੂੰ ਕਹਿੰਦਾ ਹੈ ਆਪਾਂ ਨੂੰ ਬੰਦੇ ਦਾ ਕੁਝ ਕਰਨਾ ਪੈਣਾ ਹੈ ਪੂਰੋ ਕਹਿੰਦੀ ਹੈ ਆਪਾਂ ਉਹਨਾਂ ਨੂੰ ਪਿੰਜਰਾ ਬਣਾਉਣ ਤੋਂ ਨਹੀਂ ਰੋਕ ਸਕਦੇ ਆਪਾਂ ਨੂੰ ਆਪ ਪਿੰਜਰਾ ਤੋੜਨਾ ਸਿੱਖਣਾ ਪੈਣਾ ਸੋ ਇਨ a ਵੇ ਇਸ ਚੰਬੇ ਵਿੱਚ ਪੂਰੋ ਔਰਤਾਂ ਨੂੰ ਪਿੰਜਰਾ ਤੋੜਨਾ ਸਿਖਾਉਂਦੀ ਹੈ ਪਰ ਇਹ ਪਿੰਜਰਾ ਪਿੰਡ ਦੇ ਆ ਮਰਦਾਂ ਨੂੰ ਚੁੱਬਦਾ ਹੈ ਉਹ ਇਸ ਨੂੰ ਚੱਕਣਾ ਚੂਰ ਕਰਨ ਦੀਆਂ ਕਈ ਚਾਲਾਂ ਖੇਡਦੇ ਨੇ ਉਹ ਚਾਲਾਂ ਕਿਹੜੀਆਂ ਸੀ ਉਹ ਅਸੀਂ ਤੁਹਾਨੂੰ ਨਹੀਂ ਦੱਸਾਂਗੇ ਕਿਉਂਕਿ ਫਿਲਮ ਦਾ ਟ੍ਰੇਲਰ ਇੰਨਾ ਸੋਹਣਾ ਕੱਟ ਕੀਤਾ ਗਿਆ ਹੈ ਵੀ ਕਹਾਣੀ ਦਾ ਕੋਈ ਅਤਾ ਪਤਾ ਨਹੀਂ ਚੱਲਿਆ ਸੋ ਅਸੀਂ ਵੀ ਤੁਹਾਨੂੰ ਨਹੀਂ ਦੱਸਾਂਗੇ ਦੂਜੇ ਪਾਸੇ ਪਲਸ ਵਾਲੀ ਬਣੀ ਪ੍ਰੇਮਕੌਰ ਹੈ ਜੋ ਔਰਤਾਂ ਤੇ ਮਰਦਾਂ ਦੀ ਇਸ ਲੜਾਈ ਦੇ ਵਿੱਚ ਬੈਠੀ ਹੈ ਫਿਲਮ ਦੀ ਖੂਬਸੂਰਤੀ ਇਹ ਹੈ ਵੀ ਫਿਲਮ ਭਾਵੇਂ ਬੜੇ ਸੰਜੀਦਾ ਵਿਸ਼ਿਆਂ ਦੇ ਨਾਲ ਡੀਲ ਕਰ ਰਹੀ ਹੋਵੇ ਪਰ ਤੁਹਾਨੂੰ ਪੂਰਾ ਟਾਈਮ ਤੇ ਮੌਕਾ ਦਿੰਦੀ ਹੈ ਉਹ ਸੰਜੀਦਗੀ ਨੂੰ ਸਮਝਣ ਦਾ ਉਸ ਦੇ ਵਿੱਚ ਵੜਨ ਦਾ ਫਿਲਮ ਬੜੇ ਹੀ ਹਲਕੇ ਫੁਲਕੇ ਅੰਦਾਜ਼ ਦੇ ਨਾਲ ਸ਼ੁਰੂ ਹੁੰਦੀ ਹੈ ਵਿਆਹ ਸ਼ਾਦੀਆਂ ਚੱਲ ਰਹੀਆਂ ਨੇ ਅਖਾੜੇ ਲੱਗ ਰਹੇ ਨੇ ਪਰ ਨਾਲ ਨਾਲ ਆਪਣੇ ਸਖਤ ਹੋਣ ਦਾ ਬੀਜ ਜ਼ਰੂਰ ਛੱਡਦੀ ਹੈ ਤੁਹਾਨੂੰ ਇੱਕ ਹਿੰਟ ਜ਼ਰੂਰ ਦਿੰਦੀ ਹੈ ਵੀ ਅੱਗੇ ਆਉਣ ਕੀ ਵਾਲਾ ਹੈ ਇੱਕ ਬੜੇ ਹੀ ਲੋਟਪੋਟ ਕਰਨ ਵਾਲੇ ਸੀਨ ਵਿੱਚ ਪ੍ਰੇਮਕੌਰ ਸਾਰੀਆਂ ਔਰਤਾਂ ਨੂੰ ਥਾਣੇ ਲੈ ਆਉਂਦੀ ਹੈ ਵਿੱਚ ਹੀ ਜਸਵਿੰਦਰ ਬਰਾੜ ਹੁੰਦੇ ਨੇ ਉਹ ਕਹਿੰਦੇ ਨੇ ਮੈਂ ਉਹ ਤੇ ਛੱਡ ਦੋ ਮੈਂ ਤਾਂ ਬਾੜੀ ਤੰਗਾ ਬਾਹਰ ਵਾਲੇ ਗੌਣ ਵਾਲੀ ਕਹਿੰਦੇ ਨੇ ਘਰ ਵਾਲਿਆਂ ਲਈ ਮੈਂ ਪੈਸੇ ਕਮਾਣ ਦੀ ਮਸ਼ੀਨ ਹਾਂ ਸਾਰਾ ਦਿਨ ਸੰਘ ਪਾੜਦੀ ਹਾਂ ਪੈਸੇ ਤਾਂ ਵੀ ਘਰ ਦੇ ਤੋਂ ਮੰਗਣੇ ਪੈਂਦੇ ਨੇ ਵੱਡੇ ਵੱਡੇ ਸਵਾਲ ਬਸ ਗੱਲਾਂ ਬਾਤਾਂ ਵਿੱਚ ਹੀ ਚੱਕੇ ਜਾਂਦੇ ਨੇ ਤੁਸੀਂ ਇਹ ਇਸ਼ਾਰੇ ਫੜਦੇ ਹੋ ਤੇ ਅੱਗੇ ਵੱਜ ਜਾਂਦੇ ਹੋ ਟਿਲ ਦਾ ਟਾਈਮ ਜਦੋਂ ਮੈਟਰਸ ਸੀਰੀਅਸ ਹੁੰਦੇ ਨੇ ਪਰ ਇੱਕ ਵਾਰ ਜਦੋਂ ਮੈਟਰ ਸੀਰੀਅਸ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਲਮ ਆਪਣੀ ਗ੍ਰਿਪ ਨਹੀਂ ਛੱਡਦੀ ਜ਼ਮਾਨੇ ਦੀ ਔਰਤਾਂ ਨੂੰ ਦਿੱਤੀ ਗਈ ਅੱਧੀ ਅਦੂਰੀ ਜ਼ਿੰਦਗੀ ਤੇ ਇੱਕ ਤੋਂ ਬਾਅਦ ਇੱਕ ਚੋਟ ਕੀਤੀ ਜਾਂਦੀ ਹੈ ਵਾਰ-ਵਾਰ ਤੁਹਾਡੀਆਂ ਅੱਖਾਂ ਵਿਚ ਹੰਝੂ ਆਉਂਦੇ ਨੇ ਇਹ ਦੇਖ ਕੇ ਵੀ ਕਿਉਂ ਹਰ ਵਾਰ ਬੰਦੇ ਦੀ ਗਲਤੀ ਨੂੰ ਔਰਤ ਦਾ ਜੁਰਮ ਬਣਾ ਦਿੱਤਾ ਜਾਂਦਾ ਹੈ ਫਿਲਮ ਦੀ ਸੋਲਿਡ ਰਾਈਟਿੰਗ ਹੋਰ ਵੀ ਸੋਲਿਡ ਹੋ ਜਾਂਦੀ ਹੈ ਜਦੋਂ ਕਿਰਦਾਰ ਆਰਮੀ ਆਫ ਗ੍ਰੇਟ ਐਕਟਰਸ ਦੇ ਹੱਥ ਆਉਂਦੇ ਨੇ ਜਤਿੰਦਰ ਕੌਰ ਰੁਪਿੰਦਰ ਰੂਪੀ ਗੋਰਪ੍ਰੀਤ ਪੰਗੂ ਸੀਮਾ ਕੌਸ਼ਲ ਬਲਜਿੰਦਰ ਕੌਰ ਤਰਮਿੰਦਰ ਕੌਰ ਅਨੀਤਾ ਮੀਤ ਤੇ ਰੁਬੀਨਾ ਬਾਜਵਾ ਸਾਰੇ ਹੀ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਇੱਕ ਦੂਜੇ ਨੂੰ ਮਾਤ ਦਿੰਦੇ ਨਜ਼ਰ ਆਉਂਦੇ ਨੇ ਤਾਨੂੰ ਐਂਟਰਟੇਨ ਕਰਨ ਦਾ ਜਿੰਮਾ ਨੀਰੂ ਬਾਜਵਾ ਨੂੰ ਦਿੱਤਾ ਗਿਆ ਸੀ ਐਂਡ ਸ਼ੀ ਸ਼ਾਈਨਸ ਲਾਈਕ ਆਲਵੇਜ਼ ਬਟ ਦਿਸ ਫਿਲਮ ਬਿਲੋਂਗਸ ਟੂ ਨਿਰਮਲ ਰੇਸ਼ੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਅਸੀਂ ਨਿਰਮਲ ਰੇਸ਼ੀ ਨੂੰ ਸਪੋਰਟਿੰਗ ਕੈਰੈਕਟਰਸ ਦੇ ਵਿੱਚ ਮੇਲਾ ਲੁੱਟਦੇ ਦੇਖਿਆ ਹੈ ਪਰ ਹੁਣ ਜਦੋਂ ਪੂਰੀ ਫਿਲਮ ਹੀ ਉਹਨਾਂ ਦੇ ਆਸ-ਪਾਸੇ ਘੁੰਮ ਰਹੀ ਸੀ ਉਹ ਫਿਲਮ ਨੂੰ ਕਿਸੇ ਹੋਰ ਹੀ ਲੈਵਲ ਤੇ ਲੈ ਜਾਂਦੇ ਨੇ ਉਹਨਾਂ ਦਾ ਇੱਥੇ ਬੜਾ ਹੀ ਸ਼ਾਂਤ ਜੇ ਸੁਭਾਅ ਵਾਲਾ ਕਿਰਦਾਰ ਸੀ ਉਹਨਾਂ ਦੀ ਇੱਕ ਇੱਕ ਲਾਈਨ ਉਮਰਾਂ ਦਾ ਦਰਦ ਬਿਆਨ ਕਰਦੀ ਹੈ ਫਿਲਮ ਦੇ ਵਿੱਚ ਇੱਕ ਸੀਨ ਹੈ ਜਿੱਥੇ ਇੱਕ ਕਿਰਦਾਰ ਨਿਰਮਲ ਰੇਸ਼ੀ ਨੂੰ ਆਪਣੀ ਆਪ ਬੀਤੀ ਸੁਣਾਉਂਦਾ ਹੁੰਦਾ ਹੈ ਜੇ ਨਿਰਮਲ ॠषि ਕਹਿੰਦੇ ਨੇ ਕੁਝ ਗੱਲਾਂ ਭੁੱਲ ਹੀ ਜਾਣੀਆਂ ਚਾਹੀਦੀਆਂ ਨੇ ਉਹ ਇੱਕ ਲਾਈਨ ਜਿਸ ਤਰ੍ਹਾਂ ਉਹਨਾਂ ਨੇ ਬੋਲੀ ਹੈ ਉਹ ਸਾਰੀ ਕਹਾਣੀ ਬਿਆਨ ਕਰ ਦਿੰਦੀ ਹੈ ਵੀ ਇਸ ਔਰਤ ਨੇ ਆਪਣੀ ਜ਼ਿੰਦਗੀ ਵਿੱਚ ਕੀ ਕੀ ਸਹਿਿਆ ਹੋਵੇਗਾ ਐਂਡ ਫਿਰ ਜਦੋਂ ਸਾਨੂੰ ਰੀਅਲ ਦੇ ਵਿੱਚ ਪਤਾ ਚੱਲਦਾ ਹੈ ਉਹਨਾਂ ਦੇ ਗੁਜ਼ਰੇ ਟਾਈਮ ਬਾਰੇ ਤੇ ਜੀ ਕਰਦਾ ਹੈ ਬੇਬੇ ਨੂੰ ਕੁੱਟ ਕੇ ਜੱਫੀ ਪਾ ਲਈਏ ਤੇ ਉੱਚੀ ਉੱਚੀ ਰੋਈਏ 80 ਸਾਲ ਦੀ ਉਮਰ ਦੇ ਵਿੱਚ ਇੰਨਾ ਤਗੜਾ ਕੰਮ ਅਸੀਂ ਬਹੁਤ ਗੱਲਾਂ ਕਰਨੀਆਂ ਪੰਜਾਬ ਦੇ ਕਲਾਕਾਰਾਂ ਬਾਰੇ ਵੀ ਫਲਾਣਾ ਆਰਟਿਸਟ ਉੱਥੇ ਪਹੁੰਚ ਗਿਆ ਫਲਾਣੇ ਆਰਟਿਸਟ ਨੇ ਉੱਥੇ ਪਰਫਾਰਮ ਕਰਤਾ ਫਲਾਣਾ ਆਰਟਿਸਟ ਉਹ ਵਾਲੇ ਚਾਰਟ ਤੇ ਆ ਗਿਆ ਪਰ ਤੁਸੀਂ ਮੈਨੂੰ ਪੰਜਾਬ ਦਾ ਇੱਕ ਵੀ ਕਲਾਕਾਰ ਦਿਖਾ ਦਿਓ ਜੋ ਨਿਰਮਲ ॠषि ਦੇ ਸਟੈਂਡਰਡ ਨੂੰ ਛੂ ਵੀ ਸਕਿਆ ਹੋਵੇ ਉਹ ਪੰਜਾਬ ਦਾ ਸਭ ਤੋਂ ਵੱਡਾ ਟ੍ਰੈਜਰ ਨੇ लेट्स सेलिब्रेट हर अ लिटिल मोर निर्मल ऋषि ਤੋਂ ਇਲਾਵਾ ਦੀਪਕ ਨਿਆਜ਼ਵੀ ਆਪਣੇ ਸੀਨਸ ਦੇ ਵਿੱਚ ਛਾਪ ਛੱਡਦੇ ਨੇ ਫਿਲਮ ਦੇ ਵਿੱਚ ਥੋੜੇ ਐਡੀਟਿੰਗ ਇਸ਼ੂਜ਼ ਨਜ਼ਰ ਆਉਂਦੇ ਨੇ ਕਈ ਸੀਨਸ ਦੇ ਵਿੱਚ ਕੰਟੀਨਿਊਟੀ ਨਹੀਂ ਬਣਦੀ ਕੱਟ ਥੋੜੇ ਐਬ੍ਰਪਟ ਲੱਗਦੇ ਨੇ ਤੇ ਕਈ ਫਲੈਸ਼ਬੈਕਸ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੇ ਡੀਓਪੀ ਸੰਦੀਪ ਪਾਟਲ ਦਾ ਕੈਮਰਾ ਵਰਕ ਬਹੁਤ ਕਮਾਲ ਦਾ ਸੀ ਫਿਲਮ ਖੂਬਸੂਰਤ ਵੀ ਲੱਗਦੀ ਹੈ ਤੇ 트ੈਜਿਕ ਵੀ ਫਿਲਮ ਦੇ ਗਾਣੇ ਫਿਲਮ ਦੀ ਫੀਲ ਦੇ ਹਿਸਾਬ ਨਾਲ ਜਾਂਦੇ ਨੇ ਇੱਕਦਮ ਲੋੜ ਅਨੁਸਾਰ ਲੱਗਦੇ ਨੇ ਜੋਤੀ ਨੂਰਾਂ ਦੇ ਗੀਤ ਸਟੈਂਡ ਆਊਟ ਕਰਦੇ ਨੇ ਮੁੱਕ ਦੀ ਗੱਲ ਇਹ ਹੈ ਵੀ ਸਾਲ 2023 ਦੀਆਂ ਦੋ ਸਭ ਤੋਂ ਸ਼ਾਨਦਾਰ ਫਿਲਮਾਂ ਜੋੜੀ ਤੇ ਕੱਲੀ ਜੋਟਾ ਨੂੰ ਟੱਕਰ ਦੇਣ ਲਈ ਤੀਜੀ ਫਿਲਮ ਆ ਗਈ ਹੈ ਬੂਹੇ ਬਾਰੀਆਂ ਰਾਈਟਿੰਗ ਪੱਖੋਂ ਤੇ ਐਕਟਿੰਗ ਪੱਖੋਂ ਇੱਕ 골ਡ ਸਟੈਂਡਰਡ ਦੀ ਫਿਲਮ ਹੈ ਇਟਸ ਅ ਮਸਟ ਵਾਚ ਸਰਦਾਰ ਹਾਈਲੀ 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 ਰეკਮੈਂਡਸ ਬੂਹੇ ਬਾਰੀਆਂ ਇਸ ਫਿਲਮ ਬਾਰੇ ਤੁਹਾਡੇ ਕੀ ਵਿਚਾਰ ਨੇ ਜਰਾ ਕਮੈਂਟ ਸੈਕਸ਼ਨ ਵਿੱਚ ਲਿਖ ਕੇ ਜ਼ਰੂਰ ਦੱਸਿਓ ਹਰ ਹਫ਼ਤੇ ਨਵੀਂ ਫਿਲਮ ਦਾ ਰਿਵਿਊ ਇਸੇ ਚੈਨਲ ਤੇ ਆਉਣਾ ਹੈ ਸੋ ਸਬਸਕ੍ਰਾਈਬ ਕਰ ਲਓ ਫਿਲਮ ਕੰਪੈਨੀਅਨ ਲੋਕਲ